सोलन जिला के उपमंडल नालागढ़ में बारिश और धुंध का फायदा उठाकर गत रात्रि लगभग 1:30 बजे एक दर्जन के करीब नकाबपोश चोरों ने मंदिर की चार दीवारी पर लगी कांटेदार तार को काटकर चोरी को अंजाम दिया है। जिस समय चोरों ने चोरी को अंजाम दिया उस समय मंदिर में स्थित पुजारी व उनके साथ 6 लोग मंदिर में अलग अलग कमरों में सो रहे थे। चोरों ने मंदिर में सो रहे लोगों को दबोचा और मंदिर में चोरी को अंजाम देकर फरार हो गए। मंदिर के पुजारी ने बताया कि सुबह करीब 1:30 बजे एक दर्जन के करीब नकाबपोश लुटेरे दीवार फांदकर मंदिर में घुस आए और उनको तथा मंदिर में अन्य लोगों को बंदी बनाकर चोरी को अंजाम दिया। उन्होंने बताया कि जिस वक्त चोरी की घटना को अंजाम दिया मंदिर में आधा दर्जन के करीब लोग अलग अलग कमरों में सो रहे थे। उन्होंने बताया कि मंदिर में स्थापित माता की मूर्ति के आभूषण जिसमें बालियां, गले का हार, माथे का टीका जो कि लगभग 2 तोले सोने का है और मंदिर में तैनात पुजारी की सोने की अंगूठी और पंडित की भी सोने की अंगूठी के अलावा एक व्यक्ति से 2500 रुपए के साथ साथ मंदिर में रखे ट्रंक वगैरह का ताला तोड़कर कीमती सामान लेकर वे फरार हो गए हैं। वहां पर लोग मौजूद थे, पहले तो चोरों ने आकर उन्हें बिस्तर में ही दबोचा और फिर 2 लोगों के साथ मारपीट भी की। उधरों तार बटी भी अच्छा खेत तो चढ़े फिर वो बंदे को गए मैनू 16 साल हो गए जी रिटायर हो गया था मैं जाते थे ही 8-10 थे आंधे उन्होंने क्या किया 8-10 ने पैर जोड़ डंडे लेके अंदर पड़ गए अच्छा 8-10 अंदर बढ़ के फिर डंडे दिखाए सानू अच्छा 2 मेरे को खड़ गए 2 दूए को खड़ गए 2 इना को खड़ गए थे ਤੁਸੀਂ ਉਹ ਮੰਦਿਰ ਮੇ ਕਿੰਨੇ ਜਾਣੇ ਤੇ 4 ਕੌਣ 2 ਇਹ ਬਾਹਰ ਤੇ ਇੱਕ ਇਹ ਪੰਡਤ ਇੱਕ ਭੂਟਾ ਕੁੱਲ 6 ਬੰਦੇ ਤੇ ਤੁਸੀਂ ਮੰਦਿਰ ਮੇ ਹਾਂ ਜੀ ਹਾਂ ਜੀ ਉਹ 10 ਸੀ ਅੱਛਾ ਉਹਨਾਂ ਕੋਲ ਡਾਂਕਾ ਤੀਆਂ ਬਿਲਕੁਲ ਸਾਡੇ ਕੋਲ ਕੀ ਤਾਂ ਅੱਛਾ ਕਿਹਾ ਉਹਨਾਂ ਨੇ ਮੂੰਹ ਟਕੇ ਵੇ ਤੇ ਹਾਂ ਜੀ ਮੂੰਹ ਬੰਦ ਤੇ ਉਹਨਾਂ ਦੇ ਅੱਖਾਂ ਹੀ ਦਿਖਦੀਆਂ ਸੀ ਕਿਹਾ ਲੈ ਗਏ ਜੀ ਉੱਥੇ ਸਾਡੇ ਟਰੰਕ ਟਰੂਨ ਕੋ ਚੱਕ ਕੇ ਲੈ ਗਏ ਜੀ ਪੈਸੇ ਵੀ ਦੇ ਉਹ ਤਾਂ ਇਸ ਤਰ੍ਹਾਂ ਹੈ ਨਾ ਇਹ ਆਪਣੇ ਜੋ ਵੀ ਨਿਕਲਿਆ ਉਹਨਾਂ ਨੇ ਉੱਥੇ ਭੰਨ ਕੇ ਕੱਢ ਲਿਆ ਮਾਤਾ ਦੇ ਤੇ ਸੰਗਾਰ ਸੋਨੇ ਦੇ ਹਾਂਜੀ ਕਿਆ ਕਹਿਤਾ ਬਾਲੀਆਂ ਟਿੱਕਾ ਫਿਰ ਹੋਰ ਆਪਣੇ 2 ਤੋਲੇ ਦਾ ਸਮਾਨ ਸਾ ਡਾਂਗ ਪੈਂਦੀ ਹੋਵੇ ਕਿਸੇ ਨੂੰ ਚਲ ਜੂਗਾ ਬੰਦਾ ਕੀ ਕਰੂਗਾ ਮੇਰਾ ਨਾਮ ਜੀ ਯਾਦਵਿੰਦਰ ਸਿੰਘ ਰਾਤ ਜੀ ਇੱਥੇ ਚੋਰੀ ਹੋਈ ਜੀ ਚੋਰੀ ਵੀ ਕਿਹਾ ਡਕੈਤੀ ਇੱਕ ਤਰ੍ਹਾਂ ਦੇ ਮਤਲਬ ਕਿ ਜਿੱਦਾਂ ਡਾਕੂਆਂ ਦੇ ਏਦਾਂ ਦਾ ਸੀਨ ਹੋਇਆ ਸਾਡੇ ਨਾਲ ਮਤਲਬ ਕਿ ਇੱਥੇ ਮੰਦਿਰ ਵਿੱਚ ਅਸੀਂ 4 ਇੱਕ ਸਾਈਡ ਪਏ ਤੇ ਇੱਕ ਲਹਿਦੇ ਕਮਰਿਆਂ ਪਿਆ ਤਾ ਭੂਟਾ ਬਾਬਾ ਬਾਕੀ ਪੰਡਿਤ ਜਿਹੜੇ ਇੱਥੇ ਪਾਠ ਪੂਜਾ ਕਰਦੇ ਉਹ ਲਹਿਦੇ ਕਮਰਿਆਂ ਪਏ ਤੇ ਤਾਂ ਫਿਰ ਰਾਤ ਨੂੰ ਜਿੱਦਾਂ ਉਹ ਇਕੱਠੇ ਆਏ ਸਾਰਾ ਪ੍ਰੈਸ਼ਰ 8-10 ਜਣੇ ਹੈ ਤੇ ਉਹ ਫਿਰ ਉਹਨਾਂ ਨਾਲ ਸਿੱਧੇ ਹੀ ਅਟੈਕ ਕਰਿਆ ਸੁੱਤੇ ਪਿਆ ਪਰ ਜਿੱਦਾਂ ਅਸੀਂ ਸੁੱਤੇ ਪਏ ਤੇ ਸਾਰੇ ਅਰਜਾਈਆਂ ਵਾ ਉੱਦਾਂ ਹੀ ਅਰਜਾਈਆਂ ਵਿੱਚ ਉਹਨਾਂ ਨਾਲ ਦੱਬ ਲਏ ਡੰਡਿਆਂ ਨਾਲ ਜਿਹੜਾ ਵੀ ਮੂੰਹ ਬਾਹਰ ਕੱਢੂਗਾ ਉਹਦੇ ਨਾਲ ਹੀ ਡੰਡਾ ਮਾਰ ਦੇ ਉਹ 2 ਡੰਡੇ ਬੱਗੇ ਬਾਪੂ ਦਾ ਮਾਰੇ 2 ਡੰਡੇ ਮੇਰਾ ਮਾਰੇ ਉਹਨਾਂ ਨਾਲ ਡੰਡੇ ਯਾਰ ਛੂਰੇ ਉਹਨਾਂ ਨਾਲ ਚੱਕੇ ਵੇ ਤੇ ਖੁਆੜੀਆਂ ਸਾਡੀਆਂ ਚੱਕਦੀ ਉਹਨਾਂ ਨਾਲ ਬਾਕੀ ਉਹ ਪਿਛਲੀ ਮੰਦਿਰ ਦੀ ਸਾਈਡ ਤੇ ਕੰਡਾ ਤਾਰ ਕੱਟ ਕੇ ਅੰਦਰ ਐਂਟਰ ਆਏ ਤੇ ਉਹਨਾਂ ਨਾਲ ਸਾਰਾ ਮੰਦਿਰ ਦਾ ਜਿੰਨੇ ਗੱਲੇ ਗੁੱਲੇ ਸਾਰੇ ਭੰਨੇ ਉਹ ਤੋਂ ਬਾਅਦ ਮੈਂ ਜਿਹੜੇ ਸਿਆਣਿਆਂ ਦਾ ਅੰਦਰ ਆਪਣੇ ਪੈਸੇ ਪਏ ਤੇ ਰਹਿੰਦਾ ਜਿਹੜਾ ਮਾਤਾ ਦਾ ਸ਼ਿੰਗਾਰ ਤਾ ਉਹ ਵੀ ਔਰ ਪੂਰੀਆਂ ਪੇਟੀਆਂ ਪੁੱਟੀਆਂ ਸਾਰੀਆਂ ਫਰੋਲ ਕੇ ਗਏ ਉਹ ਮਤਲਬ ਕਿ ਉਹਨਾਂ ਨਾਲ ਘੰਟਾ 2 ਘੰਟੇ ਅੰਦਰ ਸਾਨੂੰ ਦੱਬ ਕੇ ਰੱਖ ਕੇ ਸਾਰੀ ਅੰਦਰ ਚੋਰੀ ਕਰੀ ਇਹ 12 ਵਜੇ ਤੋਂ ਬਾਅਦ ਦੀ 1 ਵਜੇ ਦੇ ਵਿੱਚ ਸ਼ਿੰਗਾਰ ਦੇ ਵਿੱਚ ਮਾਤਾ ਦੇ ਕਾਂਟੇ ਔਰ ਬਾਲੀਆਂ ਔਰ ਉਹ ਹੁੰਦਾ ਜੋੜ ਹੁੰਦਾ ਦਿੰਦੇ ਪਾਉਂਦੇ ਆ ਉਹ ਸੋਨੇ ਦੇ ਤੇ ਅਨੁਮਾਨ ਮਤਲਬ ਕਿ 1-1.5 ਲੱਖ ਦੇ ਵਿੱਚ ਤਕਰੀਬ ਉਹ ਚੋਰੀ ਲੈ ਕੇ ਕਰਕੇ ਜਸਦੇਵ ਸਿੰਘ ਜੋ ਹੈ ਪਹਿਲਾਂ ਹੋ ਗਈ
ਬਾਜੀ 9-10 ਬੰਦੇ ਬੜੇ ਜੀ ਉਹਨਾਂ ਨੇ ਸਾਨੂੰ ਬਿਸਤਰਿਆਂ ਦੇ ਉੱਤੇ ਦੱਬ ਲਿਆ ਜੀ ਉਹ ਲਕੋਤੇ ਜੀ ਉਹਨਾਂ ਨੇ ਰਜਾਈਆਂ ਦੇ ਵਿੱਚ ਬਦੇ ਠੋਰ ਡੰਡੇ ਦੀ ਮਾਰਦੇ ਰਹੇ ਜੀ ਬਾਕੀ ਮੂੰਹ ਲਕੋਤੇ ਵੀ ਉੱਠਣ ਦਿੱਤੇ ਹੈ ਨਹੀਂ ਜੀ ਉਹਨਾਂ ਨੇ ਮਤਲਬ ਜੋ ਵੀ ਜੇਬਾਂ ਜੁਬਾਂ ਚੈੱਕ ਕਰ ਲਈਆਂ ਮੋਬਾਈਲ ਲੈ ਲਏ ਸਾਡੇ ਉਹਨਾਂ ਨੇ ਸਾਰੀਆਂ ਸਾਡੀਆਂ ਜਿੰਨੀਆਂ ਵੀ ਪੇਟੀਆਂ ਤੀਆਂ ਸਭ ਪੱਟੇ ਲਈਆਂ ਜਿਸ ਟਾਈਮ ਉਹ ਆਪ ਮਤਲਬ ਸਾਡੇ ਮੂੰਹ ਲਕੋਤੇ ਕੱਪੜੇ ਕੁੱਪੜੇ ਖੰਡਾ ਦਿੱਤੇ ਜੀ ਅੱਛਾ ਕਿੰਨੇ ਬੰਦੇ ਤੇ ਟੋਟਲ ਕਿੰਨੇ ਬੰਦੇ 9 ਬੰਦੇ ਅਸੀਂ ਅੰਦਰ ਦੇਖੇ ਜੀ ਇਹਦੇ ਅੱਛਾ ਜੀ ਉਹਨਾਂ ਕੋਲ ਕੀ ਹਥਿਆਰ ਥੇ ਜੀ ਡੰਡੇ ਦੇ ਲਾਠੀਆਂ ਬੜਬੜੀਆਂ ਮਤਲਬ ਸੋਹਣੇ ਮੋਟੇ ਡੰਡੇ ਤੇ ਜੀ ਅੱਛਾ ਤਾਲੇ ਤੋੜੇ ਵੇ ਆ ਜੀ ਬਾਕੀ ਪੇਟੀਆਂ ਦੇ ਤਾਲੇ ਤੋੜੇ ਵੇ ਆ ਅੱਛਾ ਜੀ ਨੇ ਇਹਨਾਂ ਦੀ ਮੁੰਦੀ ਲੈ ਕੇ ਜੀ ਬਾਕੀ ਮਾਤਾ ਜੀ ਦੇ ਗਹਿਣੇ ਦੱਸਦੇ ਆ ਵੀ ਅੰਦਰ ਤੇ ਜਿਹੜੇ ਪਹਿਲਾਂ ਰੱਖੇ ਹੋਏ ਨੇ 1.5 ਲੱਖ ਰੁਪਏ ਦੀ ਜੋੜੀ ਹੈ उधर एसएचओ नालागढ़ जितेंद्र सिंह कंवर ने ये मामले में संदेह बताते हुए इसकी जांच आरंभ कर दी है। इसमें तो छानबीन चली है, भी देख रहे हैं, मामला भी संदेहजनक है, उसमें तफ्तीश चली हुई, जैसा भी होगा कार्रवाई हम बनाएंगे।